ਸਮਰਪਣ ਕਿਵੇਂ ਦਾ ਹੋਵੇ। ਔਰੰਗਜ਼ੇਬ ਦਾ ਦਰਬਾਰ ਲੱਗਾ ਹੋਇਆ, ਇੱਕ ਚਿੱਠੀ ਆਈ ਉਸ ਵੇਲੇ ਇਸਲਾਮ ਦੇ ਚੌਥੇ ਖਲੀਫੇ ਮੁਹੰਮਦ ਦੇ ਵੱਲੋਂ। ਉਸ ਚਿੱਠੀ ਦਾ ਇੱਕ ਕਾਰਨ ਸੀ, ਉਹਦਾ ਕਾਰਨ ਇਹ ਸੀ ਕਿ ਔਰੰਗਜ਼ੇਬ ਨੇ ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਕੁਛ ਤੋਹਫੇ ਭੇਜੇ ਸੀ ਆਪਣੇ ਧਾਰਮਿਕ ਰਹਿਬਰ ਨੂੰ, ਖਲੀਫੇ ਨੂੰ। ਔਰੰਗਜ਼ੇਬ ਬੜਾ ਖੁਸ਼ਕਤ ਸੀ, ਕੈਲੀਗ੍ਰਾਫੀ ਉਹਦੀ ਬਹੁਤ ਵਧੀਆ ਸੀ, ਉਸਨੇ ਦੋ ਮੁਕੱਦਸ ਕੁਰਾਨ ਸ਼ਰੀਫ ਆਪਣੇ ਹੱਥਾਂ ਦੇ ਨਾਲ ਬੜੀਆਂ ਅਹਿਮ ਲਿਖੀਆਂ ਨੇ, ਇੱਕ ਤਾਂ ਜਾਮਾ ਮਸਜਿਦ ਦੇ ਵਿੱਚ ਸੀ, ਹੁਣ ਪਤਾ ਨਹੀਂ ਹੈ ਕਿ ਨਹੀਂ, ਅਤੇ ਦੂਸਰੀ ਮਦੀਨੇ ਦੀ ਲਾਇਬ੍ਰੇਰੀ ਦੇ ਵਿੱਚ ਪਈ ਹੈ ਔਰੰਗਜ਼ੇਬ ਦੀ ਲਿਖੀ ਹੋਈ। ਔਰੰਗਜ਼ੇਬ ਨੇ ਕੁਛ ਤੋਹਫੇ ਭੇਜੇ, ਖਲੀਫੇ ਨੇ ਤੋਹਫੇ ਲੈਣ ਤੋਂ ਇਨਕਾਰ ਕਰ ਦਿੱਤਾ, ਬਿਲਕੁਲ ਇਨਕਾਰ ਕਰ ਦਿੱਤਾ। ਕਾਰਨ ਕਹਿੰਦਾ ਔਰੰਗਜ਼ੇਬ ਜਿੰਨਾ ਚਿਰ ਤੱਕ ਹਿੰਦੁਸਤਾਨ ਦੇ ਵਿੱਚ ਦਾਰੁਲ ਹਰਬ ਨੂੰ ਦਾਰੁਲ ਇਸਲਾਮ ਦੇ ਵਿੱਚ ਪੂਰਨ ਰੂਪ ਦੇ ਵਿੱਚ ਇਸਲਾਮੀ ਸੱਤਾ ਦੇ ਵਿੱਚ ਤਬਦੀਲ ਨਹੀਂ ਕਰਦਾ ਜੋ ਕੁਛ ਅੱਜ ਹੋ ਰਿਹਾ, ਜਿੰਨਾ ਚਿਰ ਤੱਕ ਇੱਕ ਧਰਮ ਨੂੰ ਮੰਨਣ ਵਾਲੇ ਲੋਕ, ਇੱਕ ਧਰਮ ਦਾ ਰਾਜ, ਇੱਕ ਧਰਮ ਦੀ ਨਿਆਂ ਪ੍ਰਣਾਲੀ ਜਿੰਨਾ ਚਿਰ ਇਹ ਹਿੰਦੁਸਤਾਨ 'ਚ ਸਥਾਪਿਤ ਨਹੀਂ ਹੁੰਦਾ, ਅਸੀਂ ਤੇਰੇ ਤੋਹਫੇ ਪ੍ਰਵਾਨ ਨਹੀਂ ਕਰਦੇ। ਔਰੰਗਜ਼ੇਬ ਨੇ ਜਿਸ ਵੇਲੇ ਹਿੰਦੁਸਤਾਨ ਦੇ ਵਿੱਚ ਦਾਰੁਲ ਹਰਬ ਤੋਂ ਦਾਰੁਲ ਇਸਲਾਮ ਦੀ ਜਿਹੜੀ ਸੀ ਲਹਿਰ ਸ਼ੁਰੂ ਕੀਤੀ, ਉਸ ਵੇਲੇ ਉਹਨੇ ਔਰੰਗਜ਼ੇਬ ਦੇ ਤੋਹਫੇ ਪ੍ਰਵਾਨ ਕੀਤੇ ਅਤੇ ਆਪਣੇ ਵੱਲੋਂ ਇੱਕ ਤੋਹਫਾ ਭੇਜਿਆ, ਆਪਣੇ ਵੱਲੋਂ ਵੀ ਇੱਕ ਤੋਹਫਾ ਭੇਜਿਆ, ਨਾਲ ਇੱਕ ਚਿੱਠੀ ਭੇਜੀ ਹੈ। ਉਹ ਜਿਹੜਾ ਤੋਹਫਾ ਹੈ ਨਾ, ਅਸੀਂ ਇੱਕ ਫਾਰਸੀ ਦਾ ਸ਼ਬਦ ਹੈ ਤਬਰੁਕ, ਤਬਰੁਕ ਹੁੰਦਾ ਹੈ ਆਰਟੀਫੈਕਟਸ, ਉਹ ਆਰਟੀਫੈਕਟ, ਉਹ ਚੀਜ਼ਾਂ ਜਿਨ੍ਹਾਂ ਦਾ ਸੰਬੰਧ ਕਿਸੇ ਪੈਗੰਬਰ ਦੇ ਨਾਲ ਹੋਵੇ। ਉਸ ਵੇਲੇ ਦੇ ਖਲੀਫੇ ਨੇ ਔਰੰਗਜ਼ੇਬ ਨੂੰ ਉਸ ਵੇਲੇ ਦਾ ਆਪਣਾ ਸਭ ਤੋਂ ਅਹਿਮ ਆਰਟੀਫੈਕਟ, ਅਹਿਮ ਤਬਰੁਕਾਤ ਭੇਜਿਆ, ਉਹ ਹੈ ਹਜ਼ਰਤ ਮੁਹੰਮਦ ਸਾਹਿਬ ਦੇ ਜਵਾਈ ਹਜ਼ਰਤ ਅਲੀ ਦੀ ਤਲਵਾਰ, ਜਿਸ ਦਾ ਨਾਮ ਸੀ ਜ਼ੁਲਫਿਕਾਰ। ਉਹ ਤਲਵਾਰ ਅੱਜ ਕਿੱਥੇ ਹੈ? ਦੀਦਾਰ ਜ਼ਰੂਰ ਕਰਿਓ ਸ੍ਰੀ ਕੇਸਗੜ੍ਹ ਸਾਹਿਬ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਜਿਸ ਵੇਲੇ ਤਾਰਾ ਆਜ਼ਮ ਅਤੇ ਮੁਅੱਜ਼ਮ ਦੇ ਵਿੱਚ ਜੰਗ ਹੋਈ ਹੈ ਅਤੇ ਗੁਰਦੇਵ ਪਾਤਸ਼ਾਹ ਨੇ ਸ਼ਹਿਜ਼ਾਦਾ ਮੁਅੱਜ਼ਮ ਦੀ ਮਦਦ ਕੀਤੀ, ਉਹ ਫਤਿਹਜ਼ਾਬ ਹੋਇਆ, ਬਹਾਦਰ ਸ਼ਾਹ ਬਣਿਆ ਅਤੇ ਉਸ ਨੇ ਇਹ ਇਸਲਾਮ ਦਾ ਸਭ ਤੋਂ ਕੀਮਤੀ ਤਬਰੁਕਾਤ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੇਟਾ ਕਰ ਦਿੱਤਾ। ਇਸਲਾਮ ਦਾ ਸਭ ਤੋਂ ਅਹਿਮ ਤੋਹਫਾ ਹੈ ਜਿਹੜਾ ਕੇਸਗੜ੍ਹ ਸਾਹਿਬ ਹੈ, ਜਿਹਦੇ 'ਚ ਲਿਖਿਆ ਕਿ ਫਤਿਹ ਅਲ ਅਲੀ ਅਸਤ ਤੇਗ ਜ਼ੁਲਫਕਾਰ ਅਸਤ, ਉਸਦੀ ਤਲਵਾਰ ਦਾ ਨਾਮ ਜ਼ੁਲਫਕਾਰ ਸੀ, ਇਤਿਹਾਸ 'ਚ ਬੜਾ ਨਾਮ ਹੈ ਉਸ ਤਲਵਾਰ ਦਾ, ਸਵਾਰਡ ਆਫ ਅਲੀ। ਇਹਦੇ ਉੱਪਰ ਕਈ ਹਾਲੀਵੁੱਡ ਦੇ ਵਿੱਚ ਬੜੇ ਪਲੇ ਵੀ ਬਣੇ ਨੇ, ਸਵਾਰਡ ਆਫ ਅਲੀ ਬੜੀ ਮਸ਼ਹੂਰ ਤਲਵਾਰ ਸੀ, ਅੱਜ ਉਹ ਸਿੱਖਾਂ ਦੇ ਕੋਲ ਹੈ। ਖੈਰ, ਜਿਹੜੀ ਚਿੱਠੀ ਭੇਜੀ ਗਈ ਅਰਬੀ ਦੇ ਵਿੱਚ ਸੀ, ਔਰੰਗਜ਼ੇਬ ਦੀ ਰਾਜ ਪਾਤਸ਼ਾਹ ਫਾਰਸੀ ਸੀ। ਕਈ ਵਾਰੀ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਸਿੱਖਾਂ ਦੇ ਰਾਜ ਦੇ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਗੁਰਮੁਖੀ ਭਾਸ਼ਾ ਦਾ ਇੰਨਾ ਵਿਕਾਸ ਨਹੀਂ ਹੋਇਆ, ਉਹਦੇ ਕਾਰਨ ਨੇ, 40 ਸਾਲ ਦਾ ਰਾਜ ਸੀ, ਪਰ 40 ਸਾਲ ਰਣਜੀਤ ਸਿੰਘ ਨੂੰ ਆਪਣੀਆਂ ਹੱਦਾਂ ਦੀ ਰਾਖੀ ਔਰ ਹੱਦਾਂ ਨੂੰ ਸੀਮਤ ਔਰ ਹਮਲਿਆਂ ਤੋਂ ਬਚਾਉਣ ਦੇ ਵਾਸਤੇ ਲੰਘ ਗਏ। 40 ਸਾਲਾਂ ਦੇ ਵਿੱਚ ਜਿਹੜਾ ਭਾਸ਼ਾਈ ਤੌਰ 'ਤੇ ਇੰਨਾ ਵੱਡਾ ਵਿਕਾਸ ਨਹੀਂ ਕੀਤਾ ਜਾ ਸਕਦਾ। ਤੁਸੀਂ ਖਿਆਲ ਕਰੋ ਕਿ ਸਦੀਆਂ ਹੋ ਗਈਆਂ ਨੇ, ਅਜੇ ਤੱਕ ਵੀ ਜਿਹੜਾ ਸਾਡਾ ਹਿੰਦੁਸਤਾਨ ਦਾ ਜ਼ਮੀਨੀ ਪ੍ਰਬੰਧ ਹੈ ਨਾ,
ਉਹਦੇ ਜਿਹੜੇ ਸ਼ਬਦ ਨੇ ਉਹ ਉਹੀ ਨੇ ਜਿਹੜੇ ਅਕਬਰ ਦੇ ਨੌ ਰਤਨਾਂ ਦੇ ਵਿੱਚੋਂ ਟੋਡਰ ਵਾਲ ਨੇ ਤੈਅ ਕੀਤੇ ਸੀ ਜ਼ਮੀਨੀ ਬੰਦੋਬਸਤ ਦੇ, ਇੰਦਰਾਜ, ਤਸੱਵਰ, ਬੈ, ਜਮ੍ਹਾਂਬੰਦੀ, ਇੰਤਕਾਲ, ਇਹ ਸਾਰੇ ਸ਼ਬਦ ਉਦੋਂ ਦੇ ਤੈਅ ਕੀਤੇ ਨੇ, ਅਜੇ ਤੱਕ ਨਹੀਂ ਬਦਲੇ ਗਏ। ਖੈਰ, ਔਰੰਗਜ਼ੇਬ ਦੀ ਰਾਜ ਭਾਸ਼ਾ ਫਾਰਸੀ, ਚਿੱਠੀ ਆਈ ਪੜ੍ਹਨ ਦੇ ਵਾਸਤੇ ਔਰੰਗਜ਼ੇਬ ਦੇ ਦਰਬਾਰੇ ਖਾਸ ਦੇ ਵਿੱਚ, ਉਸਦੇ ਸਾਰੇ ਖਾਸ ਅਹਿਲਕਾਰ, ਰੌਸ਼ਨ ਦਿਮਾਗ ਸਕਾਲਰ ਬੈਠੇ ਨੇ, ਸਾਰਿਆਂ ਦੇ ਕੋਲ ਚਿੱਠੀ ਜਾ ਰਹੀ ਕਿ ਚਿੱਠੀ ਨੂੰ ਪੜ੍ਹਿਆ ਜਾਵੇ, ਕਿਸੇ ਕੋਲੋਂ ਨਹੀਂ ਪੜ੍ਹੀ ਗਈ। ਅਖੀਰ ਦੇ ਵਿੱਚ ਬੈਠੇ ਇੱਕ ਵਿਦਵਾਨ ਦੇ ਵਿੱਚ ਹੱਥ ਦੇ ਵਿੱਚ ਚਿੱਠੀ ਗਈ, ਖੜ੍ਹਾ ਹੋਇਆ, ਸੱਤ ਸਲਾਮਾਂ ਕੀਤੀਆਂ, ਚਿੱਠੀ ਪੜ੍ਹ ਦਿੱਤੀ। ਔਰੰਗਜ਼ੇਬ ਦੇ ਕੋਲ ਸ਼ਾਹੀ ਕਾਜ਼ੀ ਖੜ੍ਹਾ ਸੀ। ਇਹ ਸ਼ਾਹੀ ਕਾਜ਼ੀ ਜਿਹੜਾ ਸੀਗਾ ਵਹਾਬੂਦੀਨ ਦਾ ਬੇਟਾ ਸੀ, ਜਿਸ ਵਹਾਬੂਦੀਨ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਦਾ ਫਤਵਾ ਜਾਰੀ ਕੀਤਾ ਸੀ। ਜਿਸ ਵੇਲੇ ਔਰੰਗਜ਼ੇਬ ਨੇ ਵੇਖਿਆ ਕਿ ਇੰਨੇ ਸੋਹਣੇ ਅਰਥ ਕੀਤੇ ਗਏ ਨੇ, ਉਹ ਸ਼ਾਹੀ ਕਾਜ਼ੀ ਨੂੰ ਕਹਿੰਦਾ ਹੈ, ਕਹਿੰਦਾ ਇਹ ਵਿਦਵਾਨ ਕੌਣ ਹੈ ਜਿਸਨੇ ਇੰਨੇ ਪਿਆਰੇ ਅਰਥ ਕੀਤੇ ਨੇ? ਅਤੇ ਜਦੋਂ ਉਸਨੇ ਉਸਦਾ ਨਾਮ ਦੱਸਿਆ ਤਾਂ ਔਰੰਗਜ਼ੇਬ ਦੀ ਜ਼ੁਬਾਨ 'ਤੇ ਪਤਾ ਕੀ ਆਇਆ? ਕਹਿੰਦਾ, ਵਿਦਵਾਨ ਹੋਵੇ ਅਤੇ ਮੁਸਲਮਾਨ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ? ਜਾਂ ਇਸਨੂੰ ਦੀਨੇ ਇਸਲਾਮ 'ਚ ਲੈ ਕੇ ਆਓ, ਜਾਂ ਇਸਨੂੰ ਕਤਲ ਕਰ ਦਿਓ। ਪਰ ਮੈਂ ਇਸਦੀ ਇੱਕ ਪ੍ਰੀਖਿਆ ਹੋਰ ਲੈਣੀ ਚਾਹੁੰਦਾ, ਕੱਲ੍ਹ ਫਿਰ ਦਰਬਾਰ ਸੱਜੇਗਾ। ਫਿਰ ਦਰਬਾਰ ਸੱਜਿਆ, ਫਿਰ ਸਾਰੇ ਵਿਦਵਾਨ ਆਏ। ਔਰੰਗਜ਼ੇਬ ਨੇ ਸ਼ਾਹੀ ਕਾਜ਼ੀ ਨੂੰ ਬੁਲਾਇਆ, ਕਹਿੰਦਾ ਮੁਕੱਦਸ ਕੁਰਾਨ ਸ਼ਰੀਫ ਲੈ ਕੇ ਆਓ। ਮੁਕੱਦਸ ਕੁਰਾਨ ਸ਼ਰੀਫ ਲਿਆਂਦੀ ਗਈ। ਉਸ ਵੇਲੇ ਔਰੰਗਜ਼ੇਬ ਨੇ ਕਿਹਾ, ਇਸਨੂੰ ਖੋਲ੍ਹੋ। ਖੋਲ੍ਹਿਆ ਗਿਆ। ਜਿਸ ਤਰ੍ਹਾਂ ਅਸੀਂ ਹੁਕਮ ਲੈਂਦੇ ਹਾਂ ਗੁਰਦੇਵ ਪਾਤਸ਼ਾਹ ਦੇ ਵਿੱਚੋਂ, ਸ਼ਾਹੀ ਕਾਜ਼ੀ ਨੂੰ ਕਹਿੰਦਾ ਕਿ ਜਿਹੜੀ ਆਇਤ ਤੁਹਾਡੇ ਸਾਹਮਣੇ ਆਈ ਹੈ ਪੜ੍ਹ ਦਿਓ। ਸੂਰਲ ਬੱਕਰ ਦੀ ਆਇਤ ਨੰਬਰ 196 ਸਾਹਮਣੇ ਆ ਗਈ ਅਰਬੀ ਦੇ ਵਿੱਚ। ਵਾਇਤਨਮੁਲ ਹਜ਼ੂ ਉਮਰਤਾ ਲਿਲਾਹੇ ਫਾਇਨ ਓਇਸਰ। ਉਸ ਵਿਦਵਾਨ ਨੂੰ ਕਿਹਾ ਗਿਆ, ਅਰਥ ਕਰ। ਵਿਦਵਾਨ ਖੜ੍ਹਾ ਹੋਇਆ, ਸਲਾਮ ਕਰਕੇ ਕਹਿੰਦਾ, ਬਾਦਸ਼ਾਹ ਸਲਾਮਤ, ਮੁਕੱਦਸ ਕੁਰਾਨ ਸ਼ਰੀਫ ਦੇ ਵਿੱਚ ਸੱਲਲੂ ਵਾਲੇ ਵਸੱਲਮ ਹਜ਼ਰਤ ਮੁਹੰਮਦ ਸਾਹਿਬ ਇਰਸ਼ਾਦ ਕਰਦੇ ਨੇ, ਬੜੀ ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਇਹ ਮੁਸਲਮਾਨੋ, ਹੱਜ ਕਰੋ, ਰੋਜ਼ੇ ਰੱਖੋ, ਉਮਰੇ ਕਰੋ, ਪਰ ਇੱਕ ਗੱਲ ਦਾ ਖਿਆਲ ਕਰਿਓ ਕਿ ਜੇ ਇਸ ਕਿਰਿਆ ਦੇ ਵਿੱਚ ਤੁਸੀਂ ਕੇਸਾਂ ਦੀ ਬੇਅਦਬੀ ਕਰਦੇ ਹੋ, ਖੁਦਾ ਦੇ ਦਰ ਕੁਝ ਵੀ ਪਰਵਾਹ ਨਹੀਂ। ਮੁਕੱਦਸ ਕੁਰਾਨ ਸ਼ਰੀਫ ਦੀ ਸੂਰਲ ਬੱਕਰ ਦੀ ਆਇਤ ਨੰਬਰ 196, ਵਾਇਤਨਮੁਲ ਹਜ਼ੂਲ ਉਮਰਤਾ ਲਿਲਾਹੇ ਫਾਇਨ ਓਇਸਰ। ਔਰੰਗਜ਼ੇਬ ਖੁਸ਼ ਤਾਂ ਹੋਇਆ, ਪਰ ਨਾਲ ਸ਼ਾਹੀ ਕਾਜ਼ੀ ਨੂੰ ਕਹਿ ਦਿੱਤਾ ਕਿ ਜਾਂ ਇਸ ਨੂੰ ਦੀਨੇ ਇਸਲਾਮ 'ਚ ਲਿਆਓ, ਜਾਂ ਕਤਲ ਕਰ ਦਿਓ। ਸ਼ਾਮ ਦਾ ਸਮਾਂ, ਇਹ ਵਿਦਵਾਨ ਔਰੰਗਜ਼ੇਬ ਦੇ ਬੇਟੇ ਸ਼ਹਿਜ਼ਾਦਾ ਮੁਅੱਜ਼ਮ ਦੇ ਦਰਬਾਰ ਦੇ ਵਿੱਚ ਉਸਨੂੰ ਫਾਰਸੀ ਪੜ੍ਹਾਉਣ ਵਾਸਤੇ ਗਿਆ। ਜਦੋਂ ਗਿਆ ਤਾਂ ਉਸਦੀ ਭੈਣ ਜ਼ੇਬੁਲ ਨਿਸਾ, ਔਰੰਗਜ਼ੇਬ ਦੀ ਬੇਟੀ, ਇਹ ਵੀ ਬੜੀ ਵਧੀਆ ਸ਼ਾਇਰ ਸੀ, ਇਸਦੀ ਪੋਇਟਰੀ ਵੀ ਅਵੇਲੇਬਲ ਹੈ, ਉਸਦੀ ਬੇਟੀ ਆ ਗਈ ਅਤੇ ਕਹਿੰਦੀ, ਭਾਈਜਾਨ, ਤੈਨੂੰ ਪਤਾ ਹੈ ਕਿ ਇਹ ਜਿਹੜੇ ਵਿਦਵਾਨ ਜਿਨ੍ਹਾਂ ਦੇ ਕੋਲੋਂ ਅਸੀਂ ਫਾਰਸੀ ਅਤੇ ਅਰਬੀ ਸਿੱਖਦੇ ਹਾਂ, ਅੱਬਾ ਹਜ਼ੂਰ ਦਾ ਹੁਕਮ ਹੈ ਕਿ 7 ਦਿਨਾਂ ਦੇ ਵਿੱਚ ਅਗਲੇ ਜੁੰਮੇ ਤੱਕ ਜਾਂ ਤਾਂ ਇਹਨਾਂ ਨੂੰ ਦੀਮੇ ਇਸਲਾਮ 'ਚ ਲਿਆਂਦਾ ਜਾਵੇਗਾ, ਜਾਂ ਕਤਲ ਕਰ ਦਿੱਤਾ ਜਾਵੇਗਾ। ਹੁਣ ਖਿਆਲ ਕਰਿਓ, ਜਿਹੜਾ ਵਿਦਵਾਨ ਹੁੰਦਾ, ਸਕਾਲਰ ਹੁੰਦਾ ਨਾ, ਇਹ ਜ਼ਰੂਰੀ ਨਹੀਂ ਹੁੰਦਾ ਕਿ ਮੌਤ ਤੋਂ ਨਹੀਂ ਡਰਦਾ, ਮੌਤ ਤੋਂ ਅਸੀਂ ਸਾਰੇ ਡਰਦੇ ਹਾਂ। ਕਬੀਰ ਸਾਹਿਬ ਨੇ ਅੰਤਮ ਸੱਚ ਸਾਨੂੰ ਦੱਸਦਾ, ਜਿਹ ਮਰਨੇ ਸਭ ਜਗਤ ਤਰਾਸਿਆ। ਮੌਤ ਦਾ ਭੈ ਕੇਵਲ ਇੱਕੋ ਗੱਲ ਨਾਲ ਦੂਰ ਹੋ ਸਕਦਾ, ਰੂਹਾਨੀਅਤ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੂੰ, ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣਿਆ। ਮਰਨੋ ਮਰਨ ਕਹੇ ਸਭ ਕੋਈ, ਸਹਿਜੇ ਮਰੇ
ਅਮਰ ਹੋਏ ਸੋਈ ਕਹਿ ਕਬੀਰ ਮਨ ਭਇਆ ਆਨੰਦਾ ਗਇਓ ਭਰਮ ਰਹਿਓ ਭਰਮ ਆਨੰਦਾ। ਸ਼ਬਦ ਤੋਂ ਬਿਨਾਂ ਮੌਤ ਦਾ ਪੈ ਦੂਰ ਨਹੀਂ ਹੁੰਦਾ, ਇਹ ਸ਼ਬਦ ਦੀ ਰੂਹਾਨੀਅਤ ਦੀ ਕਰਾਮਾਤ ਹੈ। ਇਹ ਜਿਹੜਾ ਵਿਦਵਾਨ ਹੈ ਕਹਿੰਦਾ ਮੁਅੱਜ਼ਮ ਤੂੰ ਮੇਰਾ ਉਸਤਾਦ ਹੈ, ਤੂੰ ਮੇਰਾ ਤਾਲਿਬ ਹੈ, ਮੈਂ ਤੇਰਾ ਉਸਤਾਦ ਹਾਂ। ਨਾ ਤਾਂ ਮੈਂ ਆਪਣੀ ਜਾਨ ਗਵਾਉਣੀ ਚਾਹੁੰਦਾ, ਨਾ ਮੈਂ ਆਪਣਾ ਇਮਾਨ ਗਵਾਉਣਾ ਚਾਹੁੰਦਾ, ਮੈਂ ਮਰਨਾ ਨਹੀਂ ਚਾਹੁੰਦਾ, ਮੈਂ ਆਪਣਾ ਇਮਾਨ ਵੀ ਨਹੀਂ ਛੱਡਣਾ ਚਾਹੁੰਦਾ। ਦੱਸ ਕਿੱਥੇ ਜਾਵਾਂ ਜਿੱਥੇ ਮੇਰੀ ਜਾਨ ਅਤੇ ਮੇਰਾ ਇਮਾਨ ਸਲਾਮਤ ਰਹਿ ਸਕੇ। ਅਤੇ ਮੁਅੱਜ਼ਮ ਕਹਿੰਦਾ ਜੇ ਕਿਤੇ ਇੱਕ ਹੀ ਜਗ੍ਹਾ ਹੈ, ਤੁਸੀਂ ਆਨੰਦਪੁਰ ਸਾਹਿਬ ਚਲੇ ਜਾਓ ਨਾ ਅਤੇ ਜਾਨ ਅਤੇ ਇਮਾਨ ਸਲਾਮਤ ਰਹਿ ਸਕਦਾ ਹੈ। ਸੈਯਦ ਅਬਦੁੱਲਾ ਨਾਮ ਦੇ ਅਹਿਲਕਾਰ ਦੀ ਮਦਦ ਦੇ ਨਾਲ ਸ਼ਹਿਜ਼ਾਦਾ ਮੁਅੱਜ਼ਮ ਦੇ ਦਰਬਾਰ ਦੇ ਵਿੱਚੋਂ ਚੋਰੀ ਜਾਨ ਬਚਾਉਣ ਵਾਸਤੇ ਨਿਕਲਿਆ, ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਪਹੁੰਚਿਆ। ਇਹ ਮੁਲਤਾਨ ਦੇ ਰਹਿਣ ਵਾਲੇ ਛੱਜੂ ਮੱਲ ਦਾ ਸਪੁੱਤਰ ਭਾਈ ਨੰਦ ਲਾਲ ਸੀ, ਜਿਹੜਾ ਔਰੰਗਜ਼ੇਬ ਦੇ ਪਰਿਵਾਰ ਨੂੰ ਫਾਰਸੀ ਪੜ੍ਹਾਉਣ ਦਾ ਕੰਮ ਕਰਿਆ ਕਰਦੇ ਸੀ। ਸ਼ਾਹੀ ਮੁਨਸ਼ੀ ਵੀ ਸੀ, ਪਿਤਾ ਜੀ ਵੀ ਇਹੀ ਕਾਰਜ ਕਰਿਆ ਕਰਦੇ ਸੀ ਮੁਗਲ ਦਰਬਾਰ ਦੇ ਵਿੱਚ। ਹੁਣ ਕਲਗੀਧਰ ਪਾਤਸ਼ਾਹ ਦਰਬਾਰ ਦੇ ਵਿੱਚ ਪਹੁੰਚ ਗਿਆ। ਹੁਣ ਇਹ ਸਾਡੇ ਸਾਹਮਣੇ ਸਵਾਲ ਹੈ ਸਮਰਪਣ, ਸ਼ਬਦ, ਗੁਰੂ। ਹੁਣ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਔਰੰਗਜ਼ੇਬ ਦੇ ਦਰਬਾਰ ਦੇ ਵਿੱਚੋਂ ਛੱਡ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਕਿਉਂ ਆਏ ਨੇ ਭਾਈ ਨੰਦ ਲਾਲ ਜੀ? ਜਾਨ ਨੂੰ ਬਚਾਉਣ ਦੇ ਵਾਸਤੇ, ਇਮਾਨ ਨੂੰ ਬਚਾਉਣ ਦੇ ਵਾਸਤੇ। ਜਦੋਂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕੀਤੇ, ਸਵੇਰ ਦਾ ਸਮਾਂ, ਚਿਹਰੇ ਦੇ ਉੱਪਰ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਅਤੇ ਪਾਤਸ਼ਾਹ ਕੇਸੀ ਇਸ਼ਨਾਨ ਕਰਕੇ ਬੈਠੇ ਨੇ। ਫਾਰਸੀ ਦਾ ਸ਼ਾਇਰ ਸੀ, ਰਿਹਾ ਨਾ ਗਿਆ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਇੱਕ ਨਜ਼ਮ ਕਹਿ ਦਿੱਤੀ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇ ਸ਼ਬਦ ਰੰਗ ਹਾਏ ਮੁਖਤਲਿਫ ਦਾਰਦ ਬੁੱਤੇ ਅਯਾਰ ਮਹਾਂ। ਇਹ ਪਾਤਸ਼ਾਹ ਤੈਨੂੰ ਕੀ ਕਹਿ ਕੇ ਸੰਬੋਧਿਤ ਹੋਵਾਂ, ਤੇਰੇ ਤਾਂ ਚਿਹਰੇ ਦੇ ਵਿੱਚ ਰੰਗ ਹੀ ਬੜੇ ਨੇ, ਰੂਹਾਨੀਅਤ ਹੀ ਬੜੀ ਹੈ, ਮੈਂ ਤੈਨੂੰ ਕੀ ਕਵਾਂ? ਇੰਨੀ ਜ਼ਿਆਦਾ ਰੂਹਾਨੀਅਤ, ਤੈਨੂੰ ਦਾਨੀ ਕਵਾਂ, ਤੈਨੂੰ ਦਾਤਾ ਕਵਾਂ, ਤੈਨੂੰ ਪਰਮਾਤਮਾ ਦਾ ਰੂਪ ਕਵਾਂ, ਤੈਨੂੰ ਤੇਗ ਦਾ ਧਨੀ ਕਵਾਂ, ਤੈਨੂੰ ਕਲਮ ਦਾ ਧਨੀ ਕਵਾਂ, ਤੈਨੂੰ ਕੀ ਕਹਾਂ? ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇ ਸ਼ਬਦ ਰੰਗ ਹਾਏ ਮੁਖਤਲਿਫ ਦਾਰਦ ਬੁਤੇ ਆਯਾਰ ਮਾਂ ਦੀਨ ਦੁਨੀਆ ਦਰਕ ਮੰਦੇ ਆਵਰੀ ਰੁਖਸਾਰ ਮਾਂ ਹਰ ਦੋ ਆਲਮ ਕੀਮਤੇ ਯੱਕ ਤਾਰ ਮੂਹੇ ਯਾਰ ਮਾਂ। ਇਹ ਪਾਤਸ਼ਾਹ ਦੀਨ ਦੁਨੀਆ ਦੀ ਦੌਲਤ ਮੇਰੇ ਕੋਲ ਹੋਵੇ ਨਾ ਅਤੇ ਮੈਂ ਤੇਰੇ ਚਿਹਰੇ ਤੋਂ ਕੁਰਬਾਨ ਕਰ ਦਿਆਂ, ਲੋਕ ਅਤੇ ਪਰਲੋਕ ਮੇਰੇ ਵੱਸ ਦੇ ਵਿੱਚ ਹੋਣ ਅਤੇ ਮੈਂ ਤੇਰੇ ਕੇਸਾਂ ਦੀ ਇੱਕ ਤਾਰ ਦੇ ਉੱਪਰ ਸਿਜਦਾ ਕਰ ਦਿਆਂ। ਦੀਨ ਦੁਨੀਆ ਦਰਕ ਮੰਦੇ ਆਵਰੀ ਰੁਖਸਾਰ ਮਾਂ ਹਰ ਦੋ ਆਲਮ ਕੀਮਤੇ ਯੱਕ ਤਾਰ ਮੂਹੇ ਯਾਰ ਮਾਂ। ਪਾਤਸ਼ਾਹ ਨੇ ਕੁੱਟ ਕੇ ਗੱਲ ਦੇ ਨਾਲ ਲਾਇਆ, ਕਹਿੰਦੇ ਨੰਦ ਲਾਲ ਇਹ ਕਵੇ। ਨੰਦ ਲਾਲ ਨੇ ਅਗਲਾ ਸ਼ੇਰ ਕਹਿ ਦਿੱਤਾ, ਦਿਲ ਅਗਰ ਦਾਨਾ ਬਵਦ ਅੰਤਰ ਕਿਨਾਰਸ਼ ਯਾਰ ਅਸਤ ਚਸ਼ਮਗਰ ਬਿਨਾਵਦ ਹਰ ਤਰਫ ਦੀਦਾਰ ਅਸਤ। ਪਾਤਸ਼ਾਹ ਦਾ ਨਾ ਹੀ ਸਿਆਣਪ ਸ਼ਬਦ ਦੇ ਵਿੱਚੋਂ, ਪਾਤਸ਼ਾਹ ਜਿਹੜੀ ਸ਼ਬਦ ਦੇ ਵਿੱਚੋਂ ਸਿਆਣਪ ਤੂੰ ਬਖਸ਼ਿਸ਼ ਕਰ ਦਿੱਤੀ ਆਪਣੇ ਮੁਖਾਰਬਿੰਦ ਦੇ ਵਿੱਚੋਂ, ਹੁਣ ਤਾਂ ਮੈਂ ਜਿੱਧਰ ਵੀ ਵੇਖਦਾ ਇਸ ਅੱਖ ਨੂੰ ਨਜ਼ਰ ਹੀ ਗੁਰੂ ਗੋਬਿੰਦ ਸਿੰਘ ਆਉਂਦਾ ਹੈ। ਜੋ ਦਿਸੇ ਸੋ ਤੇਰਾ ਰੂਪ ਗੁਣ ਨਿਦਾਨ ਗੋਬਿੰਦ ਅਰੂਪ, ਹੋਰ ਕੁਛ ਨਜ਼ਰ ਹੀ ਨਹੀਂ ਆਉਂਦਾ। ਇੱਕ ਬੜਾ ਪਿਆਰਾ ਕੌਤਕ ਗੁਰਦੇਵ ਪਾਤਸ਼ਾਹ ਨੇ ਕੀਤਾ, ਉੱਠ ਕੇ ਤੁਰ ਪਏ। ਨੰਦ ਲਾਲ ਨਾਲ ਹੈ, ਕੁਛ ਸਿੱਖ ਹੋਰ ਵੀ ਤੁਰ ਪਏ। ਤੁਰੇ ਜਾਂਦਿਆਂ ਗੁਰਦੇਵ ਪਾਤਸ਼ਾਹ ਜ਼ਮੀਨ ਤੱਕ ਪੱਥਰ ਚੁੱਕਦੇ ਨੇ, ਉਸ ਪੱਥਰ ਨੂੰ ਕਦੀ ਇੱਕ ਹੱਥ ਦੇ ਉੱਪਰ ਕਦੀ ਦੂਜੇ ਹੱਥ ਦੇ ਉੱਪਰ
ਅਤੇ ਫਿਰ ਦੂਰ ਪਾਣੀ 'ਚ ਸੁੱਟ ਕੇ ਸਵਾਲ ਕਰਦੇ ਨੇ, ਸਿੱਖੋ ਪੱਥਰ ਡੁੱਬਿਆ ਕਿਉਂ ਹੈ? ਸਿੱਖ ਦਾ ਜਵਾਬ, ਪਾਤਸ਼ਾਹ ਪੱਥਰ ਸੀ, ਪਾਣੀ 'ਚ ਸੁੱਟਿਆ ਡੁੱਬ ਗਿਆ। ਮੁਸਕਰਾ ਕੇ ਅੱਗੇ ਤੁਰ ਪਏ, ਕੋਈ ਟੀਕਾ ਟਿੱਪਣੀ ਨਹੀਂ। ਤੁਰੇ ਜਾਂਦੇ ਇੱਕ ਪੱਥਰ ਫਿਰ ਜ਼ਮੀਨ ਤੋਂ ਚੁੱਕ ਲਿਆ, ਫਿਰ ਦੂਰ ਪਾਣੀ 'ਚ ਸੁੱਟ ਕੇ ਸਵਾਲ ਉਹੀ ਹੈ, ਸਿੱਖੋ ਪੱਥਰ ਡੁੱਬਿਆ ਕਿਉਂ ਹੈ? ਅਸੀਂ ਲੋਕ ਸ਼ਬਦਾਂ ਦੇ ਜਾਦੂਗਰ ਹੁੰਦੇ, ਜਵਾਬ ਤਾਂ ਉਹੀ ਹੁੰਦਾ, ਸ਼ਬਦ ਬਦਲ ਦਿੱਤੇ ਜਾਂਦੇ ਨੇ। ਪਾਤਸ਼ਾਹ ਪਾਣੀ ਹਲਕਾ ਹੁੰਦਾ, ਪੱਥਰ ਭਾਰਾ ਹੁੰਦਾ, ਅਤੇ ਹਰ ਭਾਰੀ ਚੀਜ਼ ਪਾਣੀ 'ਚ ਡੁੱਬ ਜਾਂਦੀ ਹੈ, ਇਸ ਕਰਕੇ ਪੱਥਰ ਡੁੱਬ ਗਿਆ। ਮੁਸਕਰਾ ਕੇ ਪਾਤਸ਼ਾਹ ਅੱਗੇ ਤੁਰ ਪਏ, ਥੋੜ੍ਹੀ ਦੂਰ ਗਏ, ਪੱਥਰ ਫਿਰ ਚੁੱਕ ਲਿਆ, ਫਿਰ ਪਾਣੀ ਦੇ ਵਿੱਚ ਸਵਾਲ ਫਿਰ ਉਹੀ ਹੈ, ਸਿੱਖੋ ਪੱਥਰ ਡੁੱਬਿਆ ਕਿਉਂ ਹੈ? ਇੱਕ ਸਵਾਲ ਬਾਰ ਬਾਰ ਕੀਤਾ ਜਾਵੇ ਨਾ, ਕੋਈ ਬੱਚਾ ਵੀ ਸਾਨੂੰ ਇੱਕ ਸਵਾਲ ਬਾਰ ਬਾਰ ਕਰੇ, ਮਨ ਇਰੀਟੇਟ ਹੁੰਦਾ, ਤਲਖੀ 'ਚ ਆ ਜਾਂਦੇ। ਗੁਰੂ ਤਲਖੀ 'ਚ ਨਹੀਂ ਆਏ, ਸਿੱਖ ਆ ਗਿਆ, ਪਾਤਸ਼ਾਹ ਕੀ ਕਰਦੇ ਹੋ, ਪੱਥਰ ਚੁੱਕਦੇ ਹੋ, ਪਾਣੀ 'ਚ ਸੁੱਟਦੇ ਹੋ, ਫਿਰ ਪੁੱਛਦੇ ਹੋ ਡੁੱਬਿਆ ਕਿਉਂ ਹੈ? ਤੁਸੀਂ ਕਮਾਲੇ ਕਰਾਮਾਤ ਪਾਤਸ਼ਾਹ, ਤੁਹਾਨੂੰ ਵੀ ਤਾਂ ਪਤਾ ਹੈ ਪੱਥਰ ਪਾਣੀ 'ਚ ਡੁੱਬ ਜਾਂਦਾ। ਪਾਤਸ਼ਾਹ ਮੁਸਕਰਾ ਪਏ, ਥੋੜ੍ਹਾ ਹੋਰ ਅੱਗੇ ਗਏ, ਪੱਥਰ ਫਿਰ ਚੁੱਕ ਲਿਆ, ਫਿਰ ਪਾਣੀ ਦੇ ਵਿੱਚ ਸਵਾਲ ਫਿਰ ਹੋਈ ਹੈ, ਪਰ ਹੁਣ ਸੰਬੋਧਿਤ ਕੀਤਾ ਗਿਆ ਨੰਦ ਲਾਲ ਨੂੰ, ਨੰਦ ਲਾਲ ਪੱਥਰ ਡੁੱਬਿਆ ਕਿਉਂ ਹੈ? ਕੋਈ ਆਵਾਜ਼ ਨਹੀਂ। ਪਾਤਸ਼ਾਹ ਉੱਚੀ ਆਵਾਜ਼ 'ਚ ਕਹਿੰਦੇ, ਨੰਦ ਲਾਲ ਮੈਂ ਤੈਨੂੰ ਪੁੱਛ ਰਿਹਾ, ਪੱਥਰ ਡੁੱਬਿਆ ਕਿਉਂ ਹੈ? ਕੋਈ ਆਵਾਜ਼ ਨਹੀਂ। ਪਿੱਛੇ ਮੁੜ ਕੇ ਵੇਖਿਆ, ਨੰਦ ਲਾਲ ਜਾਰੋ ਜਾਰ ਰੋ ਰਿਹਾ। ਪਾਤਸ਼ਾਹ ਨੇ ਮੋਢੇ 'ਤੇ ਹੱਥ ਰੱਖਿਆ, ਨੰਦ ਲਾਲ ਮੈਂ ਤੈਨੂੰ ਪੁੱਛ ਰਿਹਾ, ਪੱਥਰ ਡੁੱਬਿਆ ਕਿਉਂ ਹੈ? ਫਾਰਸੀ ਦਾ ਸ਼ਾਇਰ ਸੀ, ਹੰਝੂਆਂ ਦੀਆਂ ਭਰੀਆਂ ਅੱਖਾਂ ਦੇ ਨਾਲ ਅਤੇ ਕੰਬਦੇ ਹੋਏ ਬੁੱਲਾਂ ਦੇ ਨਾਲ ਕਹਿੰਦਾ, ਪਾਤਸ਼ਾਹ ਬ੍ਰਾਹਮਣ ਮੁਸ਼ਤਾਕ ਹੈ ਬੁੱਤ, ਜ਼ਾਹਿਦ ਫਿਜ਼ਾਏ ਖਾਨ ਕਾ, ਹਰ ਕਜ਼ਾ ਜ਼ਲਵਾ ਮੁਹੱਬਤ ਦੀ ਦਇਆ ਮਿਸ਼ਰਸ਼ਾਰ ਅਸਤ। ਪਾਤਸ਼ਾਹ ਬ੍ਰਾਹਮਣ ਅਤੇ ਪੱਥਰ ਦੇ ਬੁੱਤਾਂ ਦੇ ਅੱਗੇ ਜਾ ਕੇ ਮੱਥਾ ਟੇਕ ਕੇ ਕਹਿੰਦਾ, ਮੈਂ ਨਾ ਡੁੱਬਾਂ। ਮੁਸਲਮਾਨ ਖਾਨਗਾਹ ਦੇ ਵਿੱਚ ਜਾ ਕੇ ਇਬਾਦਤ ਕਰਦਾ, ਮੈਂ ਨਾ ਡੁੱਬਾਂ। ਸੱਚ ਜਾਣੀ ਮੇਰੀਆਂ ਹੱਥਾਂ ਦੇ ਵਿੱਚ ਹੰਝੂ ਤਾਂ ਇਸ ਕਰਕੇ ਆ ਗਏ, ਨਾ ਮੈਂ ਪੱਥਰ ਵੇਖਿਆ, ਨਾ ਮੈਂ ਪਾਣੀ ਵੇਖਿਆ, ਮੈਨੂੰ ਤਾਂ ਇੰਨਾ ਪਤਾ ਲੱਗਾ ਜਿਹੜਾ ਤੇਰੇ ਹੱਥ 'ਚੋਂ ਛੁੱਟ ਗਿਆ ਉਹ ਡੁੱਬ ਗਿਆ। ਮਹਿਫੂਜ਼ ਉਹ ਹੈ ਜੋ ਤੇਰੇ ਹੱਥਾਂ ਦੇ ਵਿੱਚ ਹੈ, ਮਹਿਫੂਜ਼ ਉਹ ਹੈ ਜਿਹੜੇ ਗੁਰੂ ਦੇ ਹੱਥਾਂ ਦੇ ਵਿੱਚ ਹੈ। ਪਾਤਸ਼ਾਹ ਮੈਂ ਤਾਂ ਹੋਰ ਕੁਛ ਵੇਖਿਆ ਹੀ ਨਹੀਂ, ਇਹ ਹੈ ਨੰਦ ਲਾਲ ਦੀ ਦ੍ਰਿਸ਼ਟੀ। ਹੁਣ ਪਾਤਸ਼ਾਹ ਕਹਿੰਦੇ ਨੇ, ਨੰਦ ਲਾਲ ਕੁਛ ਮੰਗ। ਅਤੇ ਨੰਦ ਲਾਲ ਕਹਿੰਦਾ, ਕੀ ਮੰਗਾਂ? ਅਸੀਂ ਗੁਰੂ ਦੇ ਦਰਬਾਰ ਦੇ ਵਿੱਚ ਆਉਂਦੇ ਹਾਂ ਨਾ, ਜੇਬ 'ਚੋਂ ਪੈਸੇ ਕੱਢਦੇ ਹਾਂ, ਦਿਮਾਗ 'ਚ ਮੰਗਾਂ ਦੀ ਲਿਸਟ ਬਣਨੀ ਸ਼ੁਰੂ ਹੋ ਜਾਂਦੀ ਹੈ। ਹੁਣ ਸਮਰੱਥ ਗੁਰੂ ਹੈ, ਕਹਿ ਰਹੇ ਨੇ, ਨੰਦ ਲਾਲ ਦੱਸ ਤੇਰੀ ਮੰਗ ਕੀ ਹੈ? ਅਤੇ ਨੰਦ ਲਾਲ ਕਹਿ ਰਿਹਾ ਹੀ ਕੁਛ ਨਹੀਂ, ਕੀ ਮੰਗਾਂ? ਪਾਤਸ਼ਾਹ ਕਹਿੰਦੇ, ਫਿਰ ਵੀ ਕੁਛ ਤਾਂ ਮੰਗ। ਕਹਿੰਦਾ, ਪਾਤਸ਼ਾਹ ਜੇ ਮੈਂ ਦੀਨ ਦੁਨੀਆ ਦੀ ਦੌਲਤ ਮੰਗਾਂ, ਉਹ ਤਾਂ ਤੁਹਾਡੇ ਚਿਹਰੇ ਤੋਂ ਕੁਰਬਾਨ ਕੀਤੀ ਜਾ ਸਕਦੀ ਹੈ। ਜੇ ਮੈਂ ਲੋਕ ਅਤੇ ਪਰਲੋਕ ਮੰਗਾਂ, ਤੁਹਾਡੇ ਇੱਕ ਕੇਸ ਦੀ ਤਾਰ ਦੇ ਪ੍ਰੋਸੈਸਦਾ ਕੀਤੇ ਜਾ ਸਕਦੇ ਨੇ। ਅਤੇ ਸਿੱਖ ਦੀ ਸਭ ਤੋਂ ਵੱਡੀ ਮੰਗ ਕੀ ਹੁੰਦੀ ਹੈ? ਪ੍ਰਭ ਕੀ ਜੇ ਕਿਰਪਾ ਨਿਧਾਨ, ਹਮ ਹਰ ਗੁਣ ਗਾਵੇਂਗੇ, ਹਉ ਤੁਮਰੀ ਕਰੋ ਨਿਤ ਆਸ ਪ੍ਰਭ ਮੋਹੇ। ਅਤੇ ਪਾਤਸ਼ਾਹ, ਗੱਲ ਦੇ ਨਾਲ ਤੂੰ ਮੈਨੂੰ ਲਾਇਆ ਹੋਇਆ, ਹੁਣ ਤੂੰ ਦੱਸ ਮੰਗ ਰਹੀ ਕਿਹੜੀ ਹੈ? ਮੁਸਕਰਾ ਕੇ ਕਹਿੰਦੇ ਪਾਤਸ਼ਾਹ, ਨੰਦ ਲਾਲ ਨਹੀਂ, ਕੁਛ ਤਾਂ ਮੰਗ, ਸ਼ਾਇਰ ਹੈ, ਮੈਨੂੰ ਪਤਾ ਤੂੰ ਮੰਗ ਲੈਣਾ, ਕੁਛ ਤਾਂ ਮੰਗ। ਕਹਿੰਦਾ ਪਾਤਸ਼ਾਹ, ਫਿਰ ਇੱਕ ਮੰਗ ਹੈ, ਗੁਰੂ ਕਿਰਪਾ ਕਰੇ ਜਿੰਨੇ ਅਸੀਂ ਇੱਥੇ ਬੈਠੇ ਹਾਂ ਨਾ, ਇਹ ਮੰਗ ਸਾਡੀ ਵੀ ਮੰਗ ਬਣ ਜਾਵੇ, ਜਿਹੜੀ ਨੰਦ ਲਾਲ ਦੀ ਮੰਗ ਹੈ। ਨੰਦ ਲਾਲ ਕਹਿੰਦਾ, ਪਾਤਸ਼ਾਹ ਨਾ ਮਾਇਆ ਮਟੀਰੀਅਲਿਜ਼ਮ, ਹੁਣ ਨਾ ਦੋ ਜਹਾਨ, ਲੋਕ ਪਰਲੋਕ ਦਾ ਡਰ ਨਹੀਂ, ਨਰਕ ਸਵਰਗ ਦਾ ਡਰ ਨਹੀਂ, ਮਿਲਾਪ ਹੋ ਗਿਆ,
ਹੁਣ ਮੰਗ ਮੇਰੀ ਪਤਾ ਕੀ ਹੈ? ਇੱਕ ਤੇਰੇ ਤੋਂ ਬਿਨਾ। ਨੰਦ ਲਾਲ ਕਹਿੰਦਾ ਹੈ ਕਿ ਪਾਤਸ਼ਾਹ ਹੁਣ ਮੇਰੀ ਮੰਗ ਪਤਾ ਕੀ ਹੈ ਕਿ ਮਬਰ ਐਬਾਦ ਖਾਕਮ ਅੱਜ ਤਰ ਦੂਸ਼ਿਤ ਦੁਸ਼ਮਨਨ ਸਰਜਨ ਸ਼ਕੁਨਤ ਕੇ ਉਹਰ ਜਾਈਅਸਤ। ਪਾਤਸ਼ਾਹ ਜਦੋਂ ਮਰ ਜਾਵਾਂ, ਸਰੀਰ ਸੜ ਜਾਵੇ ਅਤੇ ਜਿਹੜੀ ਸਵਾਹ ਰਹਿ ਜਾਵੇ ਨਾ, ਉਹ ਵੀ ਉੱਡ ਕੇ ਤੇਰੇ ਗੁਰਸਿੱਖਾਂ ਦੇ ਪੈਰਾਂ ਤੋਂ ਬਿਨਾਂ ਕਿਸੇ ਹੋਰ ਦੇ ਪੈਰਾਂ ਨੂੰ ਨਾ ਲੱਗੇ। ਇੰਨਾ ਸਮਰਪਣ ਹੈ ਸਿੱਖ ਦੀ ਜ਼ਿੰਦਗੀ ਦੇ ਵਿੱਚ। ਗੁਰੂ ਕਿਰਪਾ ਕਰੇ ਸਾਡੀ ਜ਼ਿੰਦਗੀ ਦੇ ਵਿੱਚ ਵੀ ਰੂਹਾਨੀਅਤ ਦਾ ਪ੍ਰਕਾਸ਼ ਆਵੇ, ਇਵੇਂ ਦਾ ਸਮਰਪਣ ਸਾਡੀ ਜ਼ਿੰਦਗੀ 'ਚ ਆ ਸਕੇ। ਵਕਤ ਥੋੜ੍ਹਾ ਜਿਹਾ ਮੈਂ ਜ਼ਿਆਦਾ ਲੈ ਗਿਆ, ਖਿਮਾ ਦਾ ਜਾਚਕ ਹਾਂ। ਇੰਨੀਆਂ ਬੇਨਤੀਆਂ ਪ੍ਰਵਾਨ, ਫਤਿਹ ਦੀ ਸਾਂਝ ਫਿਰ ਪਿਆਰ ਸਾਹਿਬ ਤੱਕ ਕਿਉਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬਾਤ ਕੀ ਖੁਦਾ ਕੀ ਕਸਮ ਲਾਜਵਾਬ।